ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਹਮ ਆਵ ਗੁਣ ਪਰ ਇਕ ਗੁਣ ਨਾਹੀ ਅਮਰਤ ਛਾੜ ਵਿਖ ਵਿਖ ਖਾਈ ਮਾਇਆ ਮੋਹ ਪਰਮ ਪੈ ਪੂਲੇ ਸੁਤ ਦਾਰ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੁਖੋ ਟਲ ਗੁਰ ਸੇਵੀ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਤਤ ਖਸਮ ਨੋਰ ਅਰ ਸਹ ਕਰ ਸਹ ਝਟੀਏ ਤਦ ਡਠੇ ਸਚੇ ਪਾਤਸ਼ ਮਲ ਜਨਮ ਜਨਮ ਦੀ ਕਟੀਏ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਹੰਦ ਸਾਹੋ ਜਿਸ ਪਾਸ ਬਹਟ ਆਸੋਹੀਏ ਸਭ ਨਾਂ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨੇਦਾਨ ਭਗਤਨ ਕੋ ਬਰਤਨ ਬਿਰਲਾ ਪਾਵ ਕੋਈ ਅਬినాਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੋਣਾ ਨੇ ਦਹਾਨ ਭਗਤਨ ਕੋ ਬਰਤਨ ਬਿਰਲਾ ਪਾਵ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾ ਕੀ ਸਰਣ ਪਇ ਸੁਖ ਪਾਈਐ ਬਾਹੜ ਦੁਖ ਨ ਹੋਈ ਰਹਾਉ ਵੱਡ ਭਾਗੀ ਸਾਧ ਸੰਗ ਪਰਾਪਤ ਤਿਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਛਾ ਜਿਨ ਹਰਿ ਨਾਮ ਰਿਦਿ ਪਰੋਈ ਵਡ ਪੱਗੀ ਸਾਧ ਸੰਗਿ ਪਰਾਪਤ ਤਨ ਭੇਟਤ ਦੁਰਮਤਿ ਖੋਈ ਤਨ ਕੀ ਤੂਰ ਨਾਨਕ ਦਾਸ ਬਾਛਾ ਜਿਨ ਹਰ ਨਾਮ ਰਿਦਿ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੋ ਪੈਣੇ ਗਲ ਮਿਲਹਿ ਅੰਕ ਸਹੇਲੜਿ ਆਹ ਮਿਲਕ ਕਰਹ ਕਹਾਣੀਆਂ ਸਮਰੱਥ ਕੰਤ ਕੀ ਆਹ ਪਾਕ ਪਰਵਰਦگار ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗ ਦੀ ਜੋਤ ਦੇਨ ਤੇ ਦੁਨੀਆਂ ਦੇ ਮਾਲਕ ਸਰਬਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁੱਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਸਾਈਂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਪਰਮ ਸਨਮਾਨਯੋਗ ਸਤਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਅਮਰਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਗਤ ਗੁਰੂ ਗੁਰਦੇਵ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਆਪਣੇ ਜੀਵਨ ਦੀਆਂ ਕੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾਅ ਔਰ ਸਕਾਰਥਾ ਕਰ ਰਹੇ ਹੋ ਗਰੀਬ ਨਵਾਜ਼ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿਚਾਰਨ ਦਾ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਨ ਤੇ ਸੁਣਨ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ ਇਹਦੇ ਲਈ ਸਤਿਗੁਰਾਂ ਦਾ ਰੋਮ ਰੋਮ ਕਰਕੇ ਕੋਟਾਨ ਕੋਟ ਸ਼ੁਕਰ ਹੈ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ आओ कुछ समय लुरतिया गुरु चरणा जोड़िए एकागरता बनाई ते आखिए जी सतना गुरु साहेब जी सतनाम श्री वाहे गुरु साहेब जी सौरठ ਮਹਿਲਾ ਪੰਜਵਾ ਆ ਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਰਾਗ ਸੋਰਠ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਾਚਨ ਆਪਣੇ ਪਵਿੱਤਰ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਹਨ ਅਬਨਾਸੀ ਵਿਨਾਸ਼ ਤੋਂ ਰਹਿਤ ਜਿਹੜਾ ਐਡਾ ਸ਼ਬਦ ਹੈ ਇਹ ਨਖੇੜ ਦਾ ਹੈ ਵਿਨਾਸ਼ ਤੋਂ ਆ ਆ ਦਾ ਮਤਲਬ ਹੋਵੇਗਾ ਰਹਿਤ ਜਿਸ ਦਾ ਵਿਨਾਸ਼ ਨਹੀਂ ਹੁੰਦਾ ਉਹਨੂੰ ਕਹਿੰਦੇ ਨੇ ਅਬਨਾਸੀ ਦੁਨੀਆਂ ਦੀ ਹਰ ਚੀਜ਼ ਬਿਨਸਦੀ ਐ ਜੋ ਦਿਸਦਾ ਸਭ ਬਿਨਸਣਾ ਹੈ ਵੇਖਦੇ ਆ ਬਹੁਤ ਬਿਨਸੇ ਨੇ ਔਰ ਬਿਨਸ ਰਹੇ ਨੇ ਸਾਰੇ ਸੰਸਾਰ ਦਾ ਵਰਤਾਰਾ ਬਿਨਸਣ ਵਾਲਾ ਸੂਰਜ ਚੰਦਰਮਾ ਤਾਰੇ ਨਖਿੱਤਰ ਸਭ ਬਿਨਸਣੇ ਹਨ ਇਕੋ ਇੱਕ ਸ਼ਕਤੀ ਐਸੀ ਸ਼ਕਤੀ ਹੈ ਜਿਸ ਦਾ ਕਦੇ ਵਿਨਾਸ਼ ਨਹੀਂ ਹੈ ਤਾਂ ਉਹ ਪਾਰਬ੍ਰह्म ਪਰਮੇਸ਼ਰ ਦੀ ਸ਼ਕਤੀ ਆਕਾਲ ਪੁਰਖ ਦੀ ਸ਼ਕਤੀ ਹੈ ਜਿਸ ਦਾ ਕਤਈ ਵਿਨਾਸ਼ ਨਹੀਂ ਹੈ ਅਕਸਰ ਅਸੀਂ ਕਹਿ ਦਿੰਨੇ ਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚਲੇ ਗਏ ਸਤਿਗੁਰੂ ਜੀ ਕਿਤੇ ਨਹੀਂ ਗਏ ਸਤ ਗੁਰੂ ਜੀ ਗੁਰੂ ਗ੍ਰੰਥ ਤੇ ਗੁਰੂ ਪੰਥ ਵਿੱਚ ਸਦਾ ਲਈ ਨਿਵਾਸ ਕਰਕੇ ਹਾਜ਼ਰ ਹੋ ਗਏ ਜੇ ਕਿਤੇ ਗਏ ਹੁੰਦੇ ਤਾਂ ਸੱਚਖੰਡ ਜਾਣ ਤੋਂ ਬਾਅਦ ਵੀ 40 ਸਾਲ ਬਾਅਦ ਤਕਰੀਬਨ ਪੂਨੇ ਸਤਾਰੇ ਦੀ ਜੇਲ੍ਹ ਚੋਂ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਰਿਹਾ ਕਰਕੇ ਮਨਮਾੜ ਅਸਥਾਨ ਦੇ ਉੱਤੇ ਨਾ ਪਹੁੰਚਾਉਂਦੇ ਉਹ ਅੱਜ ਵੀ ਹਾਜ਼ਰ ਨੇ ਕਿਉਂਕਿ ਸਤਗੁਰੂ ਜੀ ਅਬਨਾਸੀ ਹਨ ਜਦੋਂ ਸ਼ੇਰੇ ਪੰਜਾਬ ਜੀ ਨੇ ਅੰਗੀਠਾ ਫਰੋਲਿਆ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਕੀ ਵੇਖਦੇ ਨੇ ਕੇਵਲ ਇੱਕ ਸ੍ਰੀ ਸਾਹਿਬ ਮਿਲੀ ਹੈ ਸਤਗੁਰਾਂ ਦੇ ਕੇਸਾਂ ਵਿੱਚ ਰੱਖਣ ਵਾਲੀ ਹੋਰ ਉੱਥੇ ਕੋਈ ਸਰੀਰ ਦਾ ਅਵੇਸ਼ ਸਰੀਰ ਦਾ ਕੋਈ ਹਿੱਸਾ ਉਹ ਉੱਥੇ ਨਹੀਂ ਦਿਸਿਆ ਸਵੇਲੇ ਚ ਘੋੜਾ ਤੱਕ ਨਹੀਂ ਦਿਸਿਆ ਬਾਜ ਤੱਕ ਨਹੀਂ ਨਜ਼ਰ ਆਇਆ ਇਹਦਾ ਮਤਲਬ ਹੈ ਮੇਰੇ ਸਹਿਬ ਜੀ ਅਬਨਾਸੀ ਹਨ ਪਹਿਲੇ ਜਾਮੇ ਚ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੌਤਕ ਵਰਤਾਇਆ ਜਦੋਂ ਬਹੁਤ ਸਾਰੇ ਹਿੰਦੂ ਮੁਸਲਮਾਨ ਸਿੱਖ ਆਪਸ ਵਿੱਚ ਬਹਿਸ ਰਹੇ ਸੀ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਰੀਰ ਦੀ ਜਿਹੜੀ ਕਿਰਿਆ ਆਪਣੀ ਮਰਿਆਦਾ ਮੁਤਾਬਕ ਕਰਨੀ ਹੈ ਲੜਦਿਆਂ ਢਿੱਡਦਿਆਂ ਤਲਵਾਰਾਂ ਤੱਕ ਨਿਕਲ ਗਈਆਂ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਨ ਗੁਰਸਿੱਖ ਜਦੋਂ ਬਾਹਰ ਗਏ ਮਸਲੇ ਨੂੰ ਸ਼ਾਂਤ ਕਰਨ ਵਾਸਤੇ ਤੇ ਗੁਰੂ ਸਾਹਿਬ ਦਾ ਪਾਵਨ ਸਰੀਰ ਅੰਦਰ ਚਾਦਰੇ ਥੱਲੇ ਪਿਆ ਹੋਇਆ ਇਕੱਲਿਆਂ ਜਦੋਂ ਵਾਪਸ ਆ ਕੇ ਵੇਖਦੇ ਨੇ ਉੱਥੇ ਮੇਰੇ ਸਹਿਬ ਦਾ ਸਰੀਰ ਨਹੀਂ ਇਕੱਲਾ ਚਾਦਰਾਂ ਪਿਆ ਹੋਇਆ ਕਹਿਣ ਤੋਂ ਭਾਵ ਸਤਗੁਰੂ ਜੀ ਅਬਨਾਸੀ ਹਨ ਪਾਰਬ੍ਰਮ ਪਰਮੇਸ਼ਰ ਦੀ ਸ਼ਕਤੀ ਜਿਹੜੀ ਆ ਉਹ ਵਿਨਾਸ਼ ਤੋਂ ਆ ਰਹਿਤ ਹੈ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ ਐਸੇ ਅਬਨਾਸੀ ਵਾਹਿਗੁਰੂ ਜੀ ਜੀਵਨ ਕੋ ਦਾਤਾ ਸੰਸਾਰ ਦੇ ਸਮਸਤ ਜੀਆਂ ਨੂੰ ਦਾਤਾ ਦੇਣ ਵਾਲੇ ਦਾਤੇ ਹਨ ਸਿਮਰਤ ਸਭ ਮਲ ਖੋਈ ਜਿਨ੍ਹਾਂ ਦਾ ਸਿਮਰਨ ਕਰੀਏ ਜਿਨਾ ਦੇ ਸਿਮਰਤੀ ਦੇ ਨਾਲ ਪਰਮੇਸ਼ਰ ਦੇ ਸਿਮਰਨ ਦੇ ਨਾਲ ਹਿਰਦੇ ਦੀ ਸਾਰੀ ਮੈਲ ਖੋਈ ਜਾਂਦੀ ਹੈ ਜਨਮ ਜਨਮਾਂ ਤਰਾਂ ਦੇ ਪਾਪ ਕਰਮਾਂ ਦੀ ਮੈਲ ਥੋਤੀ ਜਾਂਦੀ ਹੈ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਜਾਏ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਕੀਤਿਆਂ ਮਨ ਦੀ ਮੈਲ ਚਲੀ ਜਾਂਦੀ ਹੈ ਮਨ ਨਿਰਮਲ ਹੋ ਜਾਂਦਾ ਹੈ ਮਨ ਵਿੱਚ ਕੋਮਲਤਾ ਆ ਜਾਂਦੀ ਹੈ ਕਠੋਰਤਾ ਚਲੀ ਜਾਂਦੀ ਹੈ ਮਨ ਦਇਆ ਨਾਲ ਸੰਤੋਖ ਨਾਲ ਭਰ ਜਾਂਦਾ ਹੈ ਪਰਮੇਸ਼ਰ ਦੇ ਸਿਮਰਨ ਦੀ ਇਹ ਬਰਕਤ ਹੈ ਆਕਾਲ ਪੁਰਖ ਦੇ ਸਿਮਰਨ ਦੀ ਇਹ ਬਰਕਤ ਹੈ ਕਿ ਉਸ ਦੇ ਸਿਮਰਨ ਦੇ ਨਾਲ ਮਨ ਦੀ ਮੈਲ ਖੋਈ ਜਾਂਦੀ ਹੈ ਮਨ ਦੀ ਮੈਲ ਨਿਰਵਿਰਤ ਹੋ ਜਾਂਦੀ ਹੈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਪਰਮੇਸ਼ਰ ਗੁਣਾ ਦਾ ਖਜ਼ਾਨਾ ਹੈ ਔਰ ਉਹ ਗੁਨਾ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਉਹ ਆਪਣੇ ਭਗਤਾਂ ਦਾ ਵਰਤਣ ਬਲੇਵੇ ਵਹ ਵਰਤਣ ਬਲੇਵੇ ਦਾ ਕੀ ਮਤਲਬ ਹੁੰਦਾ ਵੀ ਜਿਹਦੇ ਚ ਉਹਦੇ ਭਗਤ ਲੱਗੇ ਰਹਿੰਦੇ ਜਿਵੇਂ ਕੋਈ ਬੱਚੇ ਦਾ ਖਡਾਉਣਾ ਹੁੰਦਾ ਨਾ ਤੇ ਉਹਦੇ ਵਿੱਚ ਉਹ ਬਲੇਵੇ ਵਿੱਚ ਲੱਗਾ ਰਹਿੰਦਾ ਉਸ ਖਡਾਉਣੇ ਦੀ ਖੇਡ ਵਿੱਚ ਉਹਦੇ ਆਲੇ-ਦੁਆਲੇ ਕੀ ਹੋ ਰਿਹਾ ਕੀ ਵਰਤ ਰਿਹਾ ਕੌਣ ਆ ਰਿਹਾ ਕੌਣ ਜਾ ਰਿਹਾ ਉਹਦੂ ਨਹੀਂ ਪਤਾ ਉਹਦੀ ਉਹ ਖੇਡ ਦੇ ਵਿੱਚ ਜੋ ਜਿਸ ਨਾਲ ਉਹ ਖੇਡ ਰਿਹਾ ਉਹਦੇ ਵਿੱਚ ਮਸਤ ਹੈ ਪਾਰਬ੍ਰह्म ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਭਗਤ ਉਹਨਾਂ ਦਾ ਵਰਤਨ ਬਲੇਵਾ ਪਰਮੇਸ਼ਰ ਹੈ ਉਹਦੇ ਵਿੱਚ ਲੱਗੇ ਹੋਏ ਨੇ ਹਮੇਸ਼ਾ ਉਸੇ ਦੇ ਖਜ਼ਾਨੇ ਨੂੰ ਵਰਤਦੇ ਨੇ ਗੁਣਾਂ ਦੇ ਖਜ਼ਾਨੇ ਨੂੰ ਪਰਮੇਸ਼ਰ ਨੂੰ ਵਰਤਦੇ ਹੈ ਉਹਦੇ ਗੁਣਾਂ ਨੂੰ ਵਰਤਦੇ ਹੈ ਉਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਧਾਰਨ ਕਰਦੇ ਐ। ਔਰ ਕੋਈ ਵਿਰਲਾ ਹੈ ਜਿਹੜਾ ਇਹਨਾਂ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਦਾ ਹੈ। ਇਸ ਕਰਕੇ ਗੁਰਦੇਵ ਕਹਿੰਦੇ ਵਿਰਲਾ ਪਾਵੈ ਕੋਈ ਕੋਈ ਵਿਰਲਾ ਹੈ ਜਿਹੜਾ ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਦਾ ਹੈ। ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਆਲੇ ਵੀ ਵੇੜਾ ਏ ਮੇਰੇਆ ਮਨਾ ਉਸ ਗੁਰੂ ਗੋਪਾਲ ਪ੍ਰਭ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪ ਜਪ ਗੋਬਿੰਦ ਗੋਪਾਲ ਲਾਲ ਉਸ ਗੋਬਿੰਦ ਦੇ ਵਾਹਿਗੁਰੂ ਦੇ ਪਰਮੇਸ਼ਰ ਦੇ ਜਾਪ ਨੂੰ ਜਪ ਮੇਰੇਆ ਮਨਾ ਮੇਰੇ ਮਨ ਜਪ ਏ ਮੇਰੇਆ ਮਨ ਆ ਜਪਣਾ ਕਰ ਪੁੱਛਿਆ ਜੀ ਕਿਸ ਨੂੰ ਜਪਾਂ ਗੁਰ ਗੋਪਾਲ ਪ੍ਰਭ ਸੋਈ ਉਹ ਗੁਰੂ ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਪਾਲਣ ਵਾਲਾ ਹੈ ਜੋ ਸਾਰੇ ਜਗਤ ਦਾ ਪ੍ਰਭੂ ਹੈ ਮਾਲਕ ਹੈ ਉਸ ਨੂੰ ਜਪਣਾ ਕਰ ਉਹਦਾ ਜਾਪ ਜਪ ਹਾਂਜੀ ਜਾ ਕੀ ਸ਼ਰਣ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਜਿਸ ਦੀ ਸ਼ਰਣ ਪਿਆ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਜਾ ਕੀ ਸ਼ਰਣ ਪਿਆ ਸੁਖ ਪਾਈਐ ਜਿਸ ਦੀ ਸ਼ਰਣ ਚ ਪੈ ਕੇ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਔਰ ਮੁੜ ਕੇ ਕਿਸੇ ਪ੍ਰਕਾਰ ਦੀ ਜੂਨੀ ਵਿੱਚ ਨਹੀਂ ਆਉਣਾ ਪੈਂਦਾ ਅਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਜਿਹੜਾ ਮੁੜ ਮੁੜ ਕੇ ਜਨਮਾਂ ਵਿੱਚ ਆਉਣਾ ਇਹ ਬੜਾ ਵੱਡਾ ਦੁੱਖ ਹੈ ਗਰਭ ਜੋਨੀਆਂ ਦਾ ਜਿਹੜਾ ਦੁੱਖ ਹੈ ਬੜਾ ਭਿਆਨਕ ਹੁੰਦਾ ਹੈ ਪਰਮੇਸ਼ਰ ਦੀ ਸ਼ਰਨ ਇਹੋ ਜੀ ਹੈ ਜਿਸ ਦੀ ਸ਼ਰਨ ਚ ਪੈ ਕੇ ਪਾਤਸ਼ਾਹ ਕਹਿੰਦੇ ਮੁੜ ਕੇ ਜੂਨੀਆਂ ਵਿੱਚ ਨਹੀਂ ਆਉਣਾ ਪੈਂਦਾ ਮੁੜ ਕੇ ਗਰਭਾਸ਼ੀਆਂ ਵਿੱਚ ਨਹੀਂ ਆਉਣਾ ਪੈਂਦਾ ਰਹਾਓ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਵੱਡਿਆਂ ਭਾਗਾ ਵਾਲਿਆਂ ਨੂੰ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਵੱਡਿਆਂ ਭਾਗਾ ਵਾਲਿਆਂ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਔਰ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੁੜਦੇ ਨੇ ਬੈਠਦੇ ਨੇ ਸਤ ਸੰਗਤ ਕਰਦੇ ਆ ਉਹਨਾਂ ਦੀ ખોਟੀ ਮਤ ਚਲੀ ਜਾਂਦੀ ਐ ਤਿੰਨ ਭੇਟਤ ਦੁਰਮਤ ਖੋਈ ਖੋਈ ਸੰਗਤ ਇਹੋ ਜੀ ਬਰਕਤ ਵਾਲੀ ਐ ਖਾਲਸਾ ਜੀ ਸਾਨੂੰ ਭਾਵੇਂ ਹੁਣ ਮਹਿਸੂਸ ਨਹੀਂ ਹੁੰਦਾ ਕਿ ਸਾਧ ਸੰਗਤ ਵਿੱਚ ਅਸੀਂ ਬੈਠਦੇ ਹਾਂ ਜੁੜਦੇ ਹਾਂ ਸਾਨੂੰ ਇਹਦਾ ਕੀ ਲਾਭ ਹੋ ਰਿਹਾ ਐ ਇਹਦਾ ਲਾਭ ਜਦੋਂ ਤੁਸੀਂ ਸਾਧਨਾ ਚ ਬੈਠੋਗੇ ਫਿਰ ਜਾੜੋਗੇ ਕਿੰਨੀਆਂ ਬੁਰਾਈਆਂ ਕਿੰਨੀਆਂ ਭੈੜੀਆਂ ਆਦਤਾਂ ਉਹ ਸਹਿਜ ਸਹਿਜ ਛੁੱਟਦੀਆਂ ਚਲੀਆਂ ਜਾਂਦੀਆਂ ਨੇ ਸੰਗਤ ਦਾ ਗੁਣ ਬੜਾ ਵੱਡਾ ਗੁਣ ਹੈ ਸਾਧ ਸੰਗਤ ਵਿੱਚ ਆ ਕੇ ਪਤਾ ਨਹੀਂ ਕਿੰਨੀਆਂ ਕੋਖੋਟੀਆਂ ਮਤਾਂ ਬਿੰਸ ਜਾਂਦੀਆਂ ਹਨ ਹਿਰਦੇ ਦੀ ਸ਼ਾਂਤੀ ਤੇ ਟਿਕਾਹ ਦੀ ਅਵਸਥਾ ਉਹ ਸਾਧ ਸੰਗਤ ਦੀ ਬਰਕਤ ਚੋਂ ਪ੍ਰਾਪਤ ਹੁੰਦੀ ਹੈ ਇਸ ਕਰਕੇ ਵੱਡਿਆਂ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਤੇ ਜਿਹੜੇ ਸਾਧ ਸੰਗਤ ਕਰਦੇ ਹਨ ਸਾਧ ਸੰਗਤ ਨਾਲ ਮਿਲ ਕੇ ਤਿਨਾਂ ਦੀ ખોટી ਮਤ ਪੈੜੀ ਮਤ ਬਿਨਸ ਜਾਂਦੀ ਹੈ ਤਿਨ ਕੀ ਧੂਰ ਨਾਨਕ ਦਾਸ ਬਾਛਾ ਦਿਨ ਹਰ ਨਾਮ ਰਿਦੈ ਪਰੋਈ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਆਖੀਰਲੀ ਪੰਗਤੀ ਚ ਸ਼ਬਦ ਦੀ ਸਮਾਪਤੀ ਕਰਦਿਆਂ ਮੈਂ ਤਿਨਾਂ ਦੇ ਚਰਨਾਂ ਦੀ ਧੂੜ ਮੰਗਦਾ ਕਿਨਾਂ ਦੇ ਚਰਨਾਂ ਦੀ ਭਲਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਾਰਬ੍ਰह्म ਪਰਮੇਸ਼ਰ ਦੇ ਨਾਮ ਨੂੰ ਵਸਾਇਆ ਤੈਨ ਕੀ ਧੂਰ ਨਾਨਕ ਦਾਸ ਪਾਛੈ ਜਿਨ ਹਰ ਨਾਮ ਰਿਧਾ ਪਰੋਈ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਾਰਬ੍ਰਮ ਪਰਮੇਸ਼ਰ ਦੇ ਨਾਮ ਨੂੰ ਵਸਾਇਆ ਮੈਂ ਤਿਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਤਿਨਾਂ ਦੇ ਚਰਨਾਂ ਦੀ ਖਾਕ ਮੰਗਦਾ ਹਾਂ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ 755 ਅੰਗ ਤੇ ਗੁਰਦੇਵ ਦਾ ਪਾਵਨ ਸ਼ਬਦ ਚੱਲ ਰਿਹਾ ਹੈ 10 ਪਦੇ ਸ਼ਬਦ ਦੇ ਕੱਲ ਆਪਾਂ ਵਿਚਾਰੇ ਸਨ ਕਿਉਂਕਿ ਸ਼ਬਦ ਵਿਸਥਾਰ ਵਾਲਾ ਹੈ ਤਕਰੀਬਨ 32-33 ਪਦੇ ਹਨ ਇਸ ਸ਼ਬਦ ਦੇ ਤੋਂ 10 ਪਦੇ ਆਪਾਂ ਕੱਲ ਵਿਚਾਰੇ ਸਨ 11ਵਾਂ ਪਦਾ ਪ੍ਰਾਰੰਭ ਹੋ ਰਿਹਾ ਹੈ ਤੀਸਰੇ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਇਹ ਪਾਵਨ ਅੰਮ੍ਰਿਤ ਵਚਨ ਆਪਣੇ ਪਵਿੱਤਰ ਮੁਖਾਰ ਬਿੰਦ ਚੋਂ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ ਸਾਨੂੰ ਸਾਰਿਆਂ ਨੂੰ ਕਿਰਤਾਰਥ ਕਰ ਰਹੇ ਨੇ ਆਓ ਜੀ ਜਗਤ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਅੰਮ੍ਰਿਤ ਵਚਨ ਸਰਵਣ ਕਰੀਏ ਗੋਇੰਦਵਾਲ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਬਹਿ ਕੇ ਸਤਿਗੁਰੂ ਜੀ ਇਹ ਪਾਵਨ ਬਚਨ ਉਚਾਰ ਰਹੇ ਨੇ ਭਾਈ ਬੱਲੂ ਜੀ ਵਰਗੇ ਨਾਮ ਰਸੀਏ ਗੁਰ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹਨ ਏਦਾਂ ਜਾਣੀਏ ਗੁਰੂ ਪ੍ਰਤੱਖ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਇਹ ਬਚਨ ਸੁਣਾ ਰਹੇ ਨੇ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਸੁਰਤੀ ਕਰਕੇ ਲਵਾਉਂਦਿਆਂ ਗੋਇੰਦਵਾਲ ਸਾਹਿਬ ਵਿੱਚ ਆਪਣੀ ਹਾਜ਼ਰੀ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਤਾਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹ ਜਿਹੜਾ ਸੱਚਾ ਰੱਬ ਹੈ ਨਾ ਕਿਉਂਕਿ ਸੱਚ ਤਾਂ ਪਰਮੇਸ਼ਰ ਹੈ ਗੁਰੂ ਖਾਲਸਾ ਜੀ ਬਾਕੀ ਤਾਂ ਸਭ ਨਾਸ਼ਵਾਨ ਹੈ ਵਿੰਸਣ ਵਾਲਾ ਝੂਠ ਹੈ ਪਾਤਸ਼ਾਹ ਕਹਿੰਦੇ ਉਹ ਜਿਹੜਾ ਸੱਚ ਤੇਰੇ ਨਾਲ ਹੈ ਜੋ ਸੱਚ ਸਾਡੇ ਨਾਲ ਨਾ ਹੋਵੇ ਤਾਂ ਇਹ ਸਰੀਰ ਮਿੱਟੀ ਦੀ ਢੇਰੀ ਨਾ ਹੋ ਜਾਏ ਉਹ ਸੱਚ ਇਹਦੇ ਅੰਦਰ ਹੈ ਤਾਂ ਇਹ ਪੁਤਲਾ ਜਿਹਾ ਟੁਰਿਆ ਫਿਰਦਾ ਨਾ ਮਿੱਟੀ ਦਾ ਪੁੱਤਰਾ ਤਾਂ ਹੀ ਨੱਚਿਆ ਫਿਰਦਾ ਜੋ ਸੱਚ ਹੈ ਇਹਦੇ ਅੰਦਰ ਪਾਤਸ਼ਾਹ ਕਹਿੰਦੇ ਉਹ ਜਿਹੜਾ ਸੱਚ ਸਰੂਪ ਵਾਹਿਗੁਰੂ ਹੈ ਉਹ ਤੇਰੇ ਨਾਲ ਹੈ ਪਰ ਜਿਹੜੇ ਗੁਰਮੁਖ ਨੇ ਉਹੀ ਉਸ ਨੂੰ ਵੇਖਦੇ ਐ ਗੁਰਮੁਖ ਨਦਰ ਨਿਹਾਲ ਜਿਹੜੇ ਗੁਰੂ ਵਾਲੇ ਹੁੰਦੇ ਨੇ ਗੁਰਮੁਖ ਉਸ ਸੱਚ ਨੂੰ ਆਪਣੇ ਨਾਲ ਵੇਖਦੇ ਨੇ ਔਰ ਵੇਖ ਕੇ ਨਿਹਾਲ ਹੋ ਜਾਂਦੇ ਹਨ ਨਿਹਾਲ ਨਿਹਾਲ ਦਾ ਕੀ ਮਤਲਬ ਹੁੰਦਾ ਨਿਹਾਲ ਦਾ ਮਤਲਬ ਹੁੰਦਾ ਸੰਤੁਸ਼ਟ ਹੋ ਜਾਣਾ ਯੋ ਹੁਣ ਨਹੀਂ ਕੋਈ ਇੱਛਾ ਰਹੀ ਬਸ ਸਾਰੀਆਂ ਖਵਾਸ਼ਾਂ ਖਤਮ ਹੋ ਗਈਆਂ ਬਾਬਾ ਬੁੱਢਾ ਸਾਹਿਬ ਜੀ ਮੰਗੋ 6 ਗੁਰੂਆਂ ਦੀ ਸੇਵਾ ਕੀਤੀ ਆ ਤੁਸੀਂ ਤੇ ਬਾਬਾ ਜੀ ਕਹਿੰਦੇ ਮਹਾਰਾਜ ਸਭ ਕੁਝ ਮਿਲ ਗਿਆ ਕੋਈ ਇੱਛਾ ਨਹੀਂ ਹੈ ਇਹਨੂੰ ਕਹਿੰਦੇ ਨੇ ਨਿਹਾਲ ਹੋਣਾ ਜਦੋਂ ਕੋਈ ਕਾਮਨਾ ਨਾ ਰਹੇ ਹਿਰਦੇ ਵਿੱਚ ਸਰਬ ਪ੍ਰਕਾਰ ਕਰਕੇ ਸੰਤੁਸ਼ਟੀ ਮਿਲ ਜਾਏ ਉਹਨੂੰ ਕਹਿੰਦੇ ਨਿਹਾਲ ਹੋਣਾ ਸੰਤੁਸ਼ਟੀ ਨਹੀਂ ਮਿਲਦੀ ਮaaf ਕਰਨਾ ਅਸੀਂ ਸੰਤੁਸ਼ਟ ਨਹੀਂ ਆ ਜੋ ਕਰ ਰਹੇ ਇਹ ਬੜੀ ਵੱਡੀ ਅਮੋਲਕ ਦਾਤ ਹੈ ਪਰਮੇਸ਼ਰ ਬਖਸ਼ ਦੇ ਤੇ ਨਿਹਾਲ ਹੋ ਜਾਈਏ ਸੰਤੁਸ਼ਟ ਹੋਣਾ ਕੋਈ ਕੰਮ ਕਰਦਿਆਂ ਸਾਡੀ ਉਹਦੇ 'ਚ ਸੰਤੁਸ਼ਟੀ ਨਹੀਂ ਹੈ ਕੋਈ ਕਿਰਤ ਕਰਦਿਆਂ ਸੰਤੁਸ਼ਟੀ ਨਹੀਂ ਹੈ ਕਿਸੇ ਨਾਲ ਕੋਈ ਗੱਲਬਾਤ ਕਰਦਿਆਂ ਵੀ ਸਾਡੇ ਮਨ 'ਚ ਸੰਤੁਸ਼ਟੀ ਨਹੀਂ ਹੈ ਖਬਰੇ ਜਿਹੜੀ ਗੱਲ ਮੈਂ ਇਹਨੂੰ ਕਹੀ ਹੈ ਇਹਦਾ ਇਹਦੇ ਤੇ ਅਸਰ ਹੋਇਆ ਕਿ ਨਹੀਂ ਹੋਇਆ ਇਹ ਮੰਨੇਗਾ ਕਿ ਨਹੀਂ ਮੰਨੇਗਾ ਸੰਤੁਸ਼ਟੀ ਤਾਂ ਉੱਥੇ ਵੀ ਨਹੀਂ ਜੋ ਮਿਲਿਆ ਉਹਦੇ 'ਚ ਸੰਤੁਸ਼ਟ ਰਹਿਣਾ ਬੜੀ ਵੱਡੀ ਦਾਤ ਹੈ ਪਰਮੇਸ਼ਰ ਦੀ ਗੁਰਮੁਖ ਸੰਤੋਸ਼ਤ ਹੋ ਗਏ ਨਿਹਾਲ ਦਾ ਹੋਣ ਦਾ ਮਤਲਬ ਹੁੰਦਾ ਨਿਹਾਲ ਹੋਣਾ ਸੰਤੁਸ਼ਟ ਹੋਣਾ ਨਾਨਕ ਨਦਰਿ ਨਦਰ ਨਿਹਾਲ ਗੁਰਮੁਖ ਆਪਣੇ ਨਾਲ ਵਸਦੇ ਸੱਚ ਨੂੰ ਵੇਖ ਕੇ ਨਿਹਾਲ ਹੋ ਗਏ ਹਨ ਆਪੇ ਬਖਸੇ ਮੇਲ ਲਾਏ ਸੋ ਪ੍ਰਭ ਸਦਾ ਸੰਭਾਲ ਵਾਹਿਗੁਰੂ ਆਪ ਹੀ ਬਖਸ਼ਣ ਵਾਲਾ ਬਖਸ਼ੰਦ ਹੈ ਜਨਾ ਨੂੰ ਤਰਸ ਕਰਕੇ ਆਪਣੇ ਨਾਲ ਮੇਲ ਲੈਂਦਾ ਉਹ ਮਿਲ ਜਾਂਦੇ ਨੇ ਉਹਨੂੰ ਤੇ ਜਿਹੜੇ ਉਹਨੂੰ ਮਿਲਦੇ ਨੇ ਉਹੀ ਉਹਨੂੰ ਸੰਭਾਲਦੇ ਨੇ ਸੋ ਪ੍ਰਭ ਸਦਾ ਸੰਭਾਲ ਉਹੀ ਉਸ ਪ੍ਰਭੂ ਨੂੰ ਸਦਾ ਲਈ ਸੰਭਾਲਦੇ ਨੇ ਜਿਹੜੇ ਉਸ ਨੂੰ ਜਾ ਕੇ ਮਿਲਦੇ ਹਨ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਕਹਿੰਦੇ ਮਨ ਸਾਡਾ ਮੈਲਾ ਤੇ ਜਿਹੜਾ ਉਹ ਸੱਚ ਸਰੂਪ ਵਾਹਿਗੁਰੂ ਹੈ ਉਹ ਨਿਰਮਲ ਹੈ ਨਿਰਮਲਾ ਉਹ ਨਿਰਮਲ ਹੈ ਮਨ ਮੈਲਾ ਪਰਮੇਸ਼ਰ ਨਿਰਮਲ ਹੈ ਅਸੀਂ ਮੈਲੇ ਹਾਂ ਊਜਵਲ ਹੈ ਹੋਣ ਨਿਰਮਲ ਨੂੰ ਇਹ ਮੈਲਾ ਕਿਵੇਂ ਮਿਲੇ ਸਵਾਲ ਅਸੀਂ ਮੈਲੇ ਆ ਉਹ ਨਿਰਮਲ ਹੈ ਉਹਦੇ ਨਾਲ ਮਿਲਾਪ ਕਿਵੇਂ ਹੋਵੇਗਾ ਮੈਲੇ ਦਾ ਨਿਰਮਲ ਨਾਲ ਤਾਂ ਮੇਲ ਨਹੀਂ ਹੈ ਪ੍ਰਕਾਸ਼ ਦਾ ਤੇ ਅੰਧਕਾਰ ਦਾ ਮੇਲ ਹੈ ਪਲਾ ਰਾਤ ਤੇ ਦਿਨ ਦਾ ਮੇਲ ਨਹੀਂ ਨਾ ਹੁੰਦਾ ਰਾਤ ਆਵੇ ਤਾਂ ਦਿਨ ਨਹੀਂ ਦਿਨ ਆਵੇ ਤਾਂ ਰਾਤ ਨਹੀਂ ਕਿਵੇਂ ਮੇਲੇ ਅਗਲੀ ਪੰਕਤੀ ਚ ਸਪਸ਼ਟ ਕਰਦੇ ਨੇ ਹਾਂਜੀ ਪ੍ਰਭ ਮੇਲੇ ਤਾਂ ਮਿਲ ਰਹਾ ਹਮੈ ਸ਼ਬਦ ਜਲਾਏ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਵਿੱਚੋਂ ਹਉਮੈ ਨੂੰ ਸ਼ਬਦ ਨਾਲ ਸਤਿਗੁਰੂ ਜਲਾ ਦਿੰਦੇ ਨੇ ਹਉਮੈ ਨੂੰ ਸ਼ਬਦ ਨਾਲ ਜਲਾ ਦਿੰਦੇ ਨੇ ਉਹਨਾਂ ਨੂੰ ਪ੍ਰਭੂ ਜੀ ਕਿਰਪਾ ਕਰਕੇ ਆਪਣੇ ਨਾਲ ਮੇਲ ਕੇ ਅਪੇਦ ਕਰ ਲੈਂਦੇ ਮੈਲ ਕਾਦੀ ਸੀ ਹਉ ਮੈ ਦੀ ਮੈਲ ਸੀ ਪਰਮੇਸ਼ਰ ਨਿਰਮਲ ਹੈ ਜਿੱਥੇ ਹਉ ਹੈ ਉੱਥੇ ਤੂੰ ਨਹੀਂ ਹੈ ਗੁਰੂ ਘਰ ਦੇ ਮਹਾਨ ਮੂਰੀਦ ਹੋਏ ਨੇ ਪੀਰ ਬੁੱਧੂ ਸ਼ਾਹ ਜੀ ਬੜੀ ਬਖਸ਼ਿਸ਼ ਬੜੀ ਕਿਰਪਾ ਪੀਰ ਜੀ ਨੇ ਗੁਰੂ ਕਲਗੀ ਧਰ ਜੀ ਕੋਲੋਂ ਪ੍ਰਾਪਤ ਕੀਤੀ ਔਰੇ ਮੁਸਲਮਾਨ ਫਕੀਰ ਉਹ ਮਹਾਨ ਫਕੀਰ ਹੈ ਜਿਨੇ ਗੁਰੂ ਘਰ ਵਾਸਤੇ ਆਪਣੀ ਸ਼ਹੀਦੀ ਦਿੱਤੀ ਹੈ ਪੀਰ ਬਦੂਸ਼ਾ ਗੁਰੂ ਘਰ ਲਈ ਇਹ ਮুরিਦ ਅਰਦਾਸ ਵਿੱਚ ਆਪਾਂ ਰੋ ਯਾਦ ਕਰਦੇ ਨਾ ਧਿਆਨ ਧਾਰਦੇ ਆ ਜਦੋਂ ਸ਼ਹੀਦਾ ਮুরিਦਾ ਕਿਹਾ ਜਾਂਦਾ ਨਾ ਜਦੋਂ ਮুরিਦਾ ਕਿਹਾ ਜਾਂਦਾ ਤੇ ਮুরিਦਾ ਚ ਪੀਰ ਬੁੱਧੂ ਸ਼ਾ ਪੀਰ ਪੀਖਣ ਸ਼ਾ ਗਨੇਖਾ ਨਵੀਖਾ ਉਹਨਾਂ ਸਾਰੇ ਮুরিਦਾ ਦਾ ਧਿਆਨ ਆ ਜਾਂਦਾ ਇਹ ਮুরিਦ ਨੇ ਗੁਰੂ ਦੇ ਸ਼ਹੀਦਾ ਮুরিਦਾ ਆਠੀਆਂ ਜਪੀਆਂ ਤਪੀਆਂ ਕਹੇ ਨੇ ਨਾ ਅਰਦਾਸ ਵਿੱਚ ਰੋ ਜੀ ਪੀਰ ਬੁੱਧੂ ਸਾਹ ਜੀ ਜਿਸ ਵਕਤ ਸਭ ਤੋਂ ਪਹਿਲੀ ਵਾਰ ਸਡੋਰੇ ਤੋਂ ਚੱਲ ਕੇ ਪੌਂਟਾ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਗਏ ਕਲਗੀਧਰ ਦੀ ਸੋਹਣੀ ਮੂਰਤ ਦੇ ਦਰਸ਼ਨ ਪਹਿਲੀ ਵਾਰ ਕੀਤੇ ਮਨ ਵਿੱਚ ਥੋੜਾ ਜਿਹਾ ਪਹਿਲਾਂ ਆਪਣੇ ਪੀਰ ਹੋਣ ਦਾ ਗਰੂਰ ਵੀ ਸੀ ਨਾਲ ਚੇਲੇ ਚਾਟੜੇ ਸੀ ਮਨ ਕਹਿੰਦਾ ਵੀ ਮੱਥਾ ਟੇਕਾਂ ਪਰ ਚੇਲੇ ਜਿਹੜੇ ਨਾਲ ਦਿਆਂ ਨੂੰ ਵੇਖ ਕੇ ਵੀ ਮੈਂ ਮੱਥਾ ਨਹੀਂ ਟੇਕਣਾ ਦਸਤ ਬੋਸ਼ੀ ਕਰਦਾ ਹੱਥ ਮਿਲਾਉਣ ਵਾਸਤੇ ਅੱਗੇ ਹੱਥ ਕੀਤਾ ਕਲਗੀਧਰ ਦੇ ਵੀ ਮੁਸਕਰਾ ਕੇ ਅੱਗੇ ਹੱਥ ਕਰਕੇ ਦਸਤ ਬੋਸ਼ੀ ਕਰ ਲਏ ਪੀਰ ਜੀ ਬੈਠ ਗਏ ਤੇ ਗੁਰਦੇਵ ਨੂੰ ਪੁੱਛਦੇ ਨੇ ਮਹਾਰਾਜ ਰੱਬ ਤੇ ਜੀਵ ਦਾ ਮੇਲ ਕਿਵੇਂ ਆ ਰੱਬ ਦਾ ਤੇ ਇਸ ਮਨੁੱਖ ਦਾ ਜੀਵ ਦਾ ਮੇਲ ਕਿਵੇਂ ਹੋ ਸਕਦਾ ਹੈ ਕਿਵੇਂ ਮਿਲ ਸਕਦੇ ਜਵੇਂ ਇੱਥੇ ਪਾਤਸ਼ਾਹ ਕਹਿੰਦਾ ਕਿਉਂ ਕਰ ਮਿਲਿਆ ਜਾਏ ਕਿਵੇਂ ਮਿਲਿਆ ਜਾ ਸਕਦਾ ਗੁਰਦੇਵ ਕਹਿਣ ਲੱਗੇ ਬੁੱਧੂ ਸ਼ਾਹ ਜੀ ਰੱਬ ਤੇ ਇਸ ਜੀਵ ਦਾ ਮੇਲ ਇਸ ਤਰ੍ਹਾਂ ਹੈ ਜਿਵੇਂ ਰਾਤ ਤੇ ਦਿਨ ਦਾ ਮੇਲ ਪੀਰ ਜੀ ਬੜੇ ਹੈਰਾਨ ਹੋਏ ਮਹਾਰਾਜ ਰਾਤ ਤੇ ਦਿਨ ਤਾਂ ਕਦੇ ਮਿਲਦੇ ਨਹੀਂ ਰਾਤ ਆਵੇ ਦਿਨ ਚੱਲਿਆ ਜਾਂਦਾ ਦਿਨ ਆਵੇ ਰਾਤ ਚਲੀ ਜਾਂਦੀ ਪਾਤਸ਼ਾਹ ਕਹਿੰਦੇ ਬਸ ਇਹੀ ਮੇਲ ਹੈ ਉਥੇ ਕੋ ਰਹਿ ਜਾਂਦਾ ਜੇ ਜੀਵ ਹੈ ਤਾਂ ਰੱਬ ਨਹੀਂ ਹੈ ਜੇ ਰੱਬ ਹੈ ਤਾਂ ਜੀਵ ਨਹੀਂ ਹੈ ਜੇ ਮੈਂ ਹਾਂ ਤੇ ਤੂੰ ਨਹੀਂ ਹੈ ਜੇ ਤੂੰ ਹੈ ਤਾਂ ਮੈਂ ਨਹੀਂ ਹਾਂ ਇਹ ਮੇਲ ਹੈ ਹੋੜੇ ਮੈਂ ਇਹ ਹਾਂ ਹਉ ਮੈਂ ਕਿਵੇਂ ਜਾਏ ਹਿਰਦੇ ਚੋਂ ਪਾਤਸ਼ਾਹ ਕਹਿੰਦੇ ਸਤਗੁਰਾਂ ਦੇ ਸ਼ਬਦ ਨਾਲ ਇਹਨੂੰ ਸਾੜਿਆ ਜਾਂਦਾ ਹੈ ਜਿਨ੍ਹਾਂ ਦੇ ਹਿਰਦਿਆਂ 'ਚੋਂ ਗੁਰਦੇਵ ਨੇ ਆਪਣੇ ਸ਼ਬਦ ਦੁਆਰਾ ਇਸ ਹੋਮੈ ਨੂੰ ਜਲਾ ਦਿੱਤਾ ਉਹਨਾਂ ਨੂੰ ਵਾਹਿਗੁਰੂ ਨੇ ਆਪ ਆਪਣੇ ਨਾਲ ਮੇਲ ਕੇ ਆਪਣੇ ਵਿੱਚ ਅਭੇਦ ਕਰ ਲਿਆ ਹੈ ਸੋ ਸੋ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ ਉਹ ਸੋ ਸੱਚਾ ਹੈ ਸੱਚ ਹੈ ਤ੍ਰੈ ਕਾਲ ਤੇ ਐਸਾ ਸੱਚਾ ਰੱਬ ਐਸਾ ਸੱਚਾ ਸ਼ੋ ਐਸਾ ਸੱਚਾ ਪਤੀ ਜਿਨ੍ਹਾਂ ਦੇ ਮਨਾ ਚੋਂ ਜਿਨ੍ਹਾਂ ਦੇ ਦਿਲਾਂ ਚੋਂ ਵਿਸਰਿਆ ਹੋਇਆ ਪਾਤਸ਼ਾਹ ਕਹਿੰਦੇ ਉਹਨਾਂ ਦਾ ਤਾਂ ਜੀਵਣਾ ਹੀ ਤ੍ਰਿਗ ਹੈ ਜਿਨ੍ਹਾਂ ਨੂੰ ਐਸਾ ਰੱਬ ਵਿਸਰਿਆ ਹੋਇਆ ਪਾਤਸ਼ਾਹ ਤਾਂ ਕਹਿੰਦੇ ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ ਸੋ ਕਿਉ ਵਿਸਰੈ ਜਿਨ ਜੀਵਨ ਜੀਆ ਉਹ ਰੱਬ ਕਿਉ ਵਿਸਰੇ ਜਿਨਾ ਨੂੰ ਵਿਸਰਿਆ ਹੋਇਆ ਪਾਤਸ਼ਾਹ ਕਹਿੰਦੇ ਉਹਨਾਂ ਦਾ ਜੀਵਨ ਐ ਤ੍ਰਿਗ ਹੈ ਕਾਹਨੂੰ ਜੀਵਨ ਦੇ ਆਓ ਲਾਨਤ ਆ ਉਹਨਾਂ ਦੇ ਜੀਵਨ ਤੇ ਜਿਨ੍ਹਾਂ ਨੂੰ ਐਸਾ ਦਾਤਾ ਵਿਸਰਿਆ ਹੋਇਆ ਹੈ ਜਿਨ੍ਹਾਂ ਨੂੰ ਆਪਣਾ ਐਸਾ ਸੋ ਰੱਬ ਵਿਸਰਿਆ ਹੋਇਆ ਹੈ ਜਿਹੜਾ ਇਨੀਆਂ ਦਾਤਾਂ ਦੇਣ ਵਾਲਾ ਹੈ ਜਿਹੜਾ ਬਿਖ ਤੋਂ ਕੱਢਣ ਵਾਲਾ ਹੈ ਜਿਹੜਾ ਗਰਭ ਜੋਨੀਆਂ ਚੋਂ ਬਚਾਉਣ ਵਾਲਾ ਹੈ ਜਿਹੜਾ ਸਾਨੂੰ ਨਕਮਿਆਂ ਨੂੰ ਬਾਦਸ਼ਾਹियां ਦੇਣ ਵਾਲਾ ਹੈ ਜਿਹੜਾ ਸਾਨੂੰ ਨਕਾਰਿਆਂ ਨੂੰ ਆਪਣੀ ਕਾਰੇ ਲਾਉਣ ਵਾਲਾ ਹੈ ਐਸਾ ਰੱਬ ਕਿਉਂ ਵਿਸਰੇ ਜਿਨ੍ਹਾਂ ਨੂੰ ਵਿਸਰ ਗਿਆ ਬਾਦਸ਼ਾਹियां ਦੇਣ ਵਾਲੇ ਬਾਜਾਂ ਵਾਲੇ ਸਵਾਮੀ ਜਿਨ੍ਹਾਂ ਨੂੰ ਵਿਸਰ ਗਏ ਹਨ ਉਹਨਾਂ ਦਾ ਜੀਵਣਾ ਹੀ ਤ੍ਰਿਗ ਹੈ ਹਾਂਜੀ ਨਦਰ ਕਰੇ ਨਾ ਵਿਸਰ ਗੁਰਮਤੀ ਵਿਚਾਰ ਜਿਨ੍ਹਾਂ ਤੇ ਵਾਹਿਗੁਰੂ ਜੀ ਆਪਣੀ ਨਦਰ ਕਰਦੇ ਨੇ ਉਹਨਾਂ ਨੂੰ ਨਹੀਂ ਵਿਸਰਦਾ ਉਹਨਾਂ ਨੂੰ ਨਹੀਂ ਵਿਸਰਦਾ ਜਿਨ੍ਹਾਂ ਤੇ ਨਦਰ ਹੋਵੇ ਔਰ ਉਹ ਗੁਰੂ ਦੀ ਮਤ ਲੈ ਕੇ ਆਪਣੇ ਉਸ ਸਹੇਬ ਨੂੰ ਵਿਚਾਰਦੇ ਹਨ ਗੁਰੂ ਕੀ ਮਤ ਦੁਆਰਾ ਆਪਣੇ ਨਿਜ ਸਰੂਪ ਨੂੰ ਵਿਚਾਰਦੇ ਹਨ ਸਤ ਗੁਰ ਮਿਲੇ ਤਾਂ ਮਿਲ ਰਹਾ ਸੱਚ ਰੱਖਾ ਔਰ ਧਾਰ ਸਤ ਗੁਰੂ ਜੀ ਮਿਲਣ ਤਾਂ ਉਸ ਵਾਹਿਗੁਰੂ ਨਾਲ ਮਿਲ ਕੇ ਰਿਆ ਜਾ ਸਕਦਾ ਹੈ ਤਾਂ ਹਿਰਦੇ ਵਿੱਚ ਸੱਚ ਨੂੰ ਵਸਾਇਆ ਜਾ ਸਕਦਾ ਹੈ ਮਿਲਿਆ ਹੋਏ ਨਾ ਵਿਛੜਾ ਗੁਰ ਕਾ ਹੇਤ ਪਿਆਰ ਜਿਹੜੇ ਮਿਲੇ ਹੋਏ ਨੇ ਸਹਬ ਨੂੰ ਉਹ ਕਦੇ ਨਹੀਂ ਵਿਛੜਦੇ ਗੁਰੂ ਦੇ ਹੇਤ ਨਾਲ ਗੁਰੂ ਦੇ ਪਿਆਰ ਨਾਲ ਉਹ ਸਦਾ ਲਈ ਉਹਦੇ ਵਿੱਚ ਮਿਲ ਗਏ ਨੇ ਅਪੇਧ ਹੋ ਗਏ ਨੇ ਔਰ ਜਿਹੜੇ ਉਹਨੂੰ ਮਿਲ ਗਏ ਨੇ ਉਹ ਫਿਰ ਕਦੇ ਉਹਦੇ ਤੋਂ ਜੁਦਾ ਨਹੀਂ ਹੁੰਦੇ ਸਰੋਵਰ ਹੈ ਭਰਿਆ ਨਵੇਂ ਪਾਤਸ਼ਾਹ ਦਾ ਪਾਣੀ ਦਾ ਇੱਕ ਕਟੋਰਾ ਜਾ ਕੇ ਵਿੱਚ ਮਿਲਾ ਦਿਓ ਕਹੋ ਵੀ ਹੁਣ ਉਹਨੂੰ ਬਾਹਰ ਕੱਢਣਾ ਕੱਢ ਸਕਦੇ ਹੋ ਵੀ ਜਿਹੜਾ ਪਾਣੀ ਵਿੱਚ ਸੁਟਿਆ ਉਲਦਿਆ ਸਰੋਵਰ ਵਿੱਚ ਉਹਨੂੰ ਉਸ ਪਾਣੀ ਦੇ ਵਿੱਚੋਂ ਸਰੋਵਰ ਦੇ ਜਲ ਨਾਲੋਂ ਵੱਖਰਾ ਤਾਂ ਨਹੀਂ ਕੀਤਾ ਜਾ ਸਕਦਾ ਬਾਹਰ ਉਹ ਪਾਣੀ ਸੀ ਸਰੋਵਰ ਵਿੱਚ ਮੇਲ ਕੇ ਉਹ ਜਲ ਹੋ ਗਿਆ ਜਿਹੜਾ ਜਲ ਨਵੇਂ ਪਾਤਸ਼ਾਹ ਦੇ ਚਰਨਾਂ ਨਾਲ ਪਵਿੱਤਰ ਹੋਇਆ ਹੋ ਗਿਆ ਨਾ ਉਹ ਜਲ ਇਸੇ ਤਰ੍ਹਾਂ ਜਿਹੜੇ ਉਸ ਸੋ ਨੂੰ ਮਿਲ ਕੇ ਉਹਦੇ ਵਿੱਚ ਇੱਕ ਬਿਕ ਹੋ ਗਏ ਨੇ ਉਹ ਫਿਰ ਉਹਦੇ ਤੋਂ ਕਦੇ ਵੱਖਰੇ ਨਹੀਂ ਹੁੰਦੇ ਉਹਦੇ ਤੋਂ ਕਦੇ ਵਿਛੋੜੇ ਨਹੀਂ ਜਾ ਸਕਦੇ ਉਹਦੇ ਤੋਂ ਕਦੇ ਵੱਖਰੇ ਨਹੀਂ ਕੀਤੇ ਜਾ ਸਕਦੇ ਹਾਂਜੀ ਫਿਰ ਸਾਲਾਹੀ ਆਪਣਾ ਗੁਰ ਕਾ ਸਬਦ ਵਿਚਾਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਆਪਣੇ ਪਿਰ ਨੂੰ ਸਹਬ ਨੂੰ ਸਦਾ ਲਈ ਸਲਾਉਂਦੇ ਹਨ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਆਪਣੇ ਪਿਰ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਸਲਾਉਂਦੇ ਹਨ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਜਿਹੜੇ ਗੁਰਮੁਖ ਨੇ ਉਹ ਆਪਣੇ ਪਿਆਰੇ ਪ੍ਰੀਤਮ ਨਾਲ ਮਿਲ ਕੇ ਸੁਖ ਪਾਉਂਦੇ ਹਨ ਔਰ ਉਹ ਨਾਰਾਂ ਉਹ ਜੀਵ ਰੂਪੀ ਇਸਤਰੀਆਂ ਸੋਭਾ ਵਾਲੀਆਂ ਹੋ ਜਾਂਦੀਆਂ ਹਨ ਮਨਮੁਖ ਮਨਨਾ ਭਿਜਈ ਅਤਮ ਮੈਲੇ ਚਿੱਤ ਕਠੋਰ ਜਿਹੜੇ ਮਨਮੁਖ ਨੇ ਉਹਨਾਂ ਦੇ ਮਨ ਨਹੀਂ ਭਿੱਜਦੇ ਨਾ ਗੁਰ ਸ਼ਬਦ ਵਿੱਚ ਨਾ ਗੁਰ ਬਾਣੀ ਵਿੱਚ ਨਾ ਸੰਗਤ ਵਿੱਚ ਉਹਨਾਂ ਦਾ ਮਨ ਭਿੱਜਦਾ ਹੀ ਨਹੀਂ ਉਹਨਾਂ ਦਾ ਮਨ ਭਿੱਜਦਾ ਕੁੜਿਆਰਾ ਵਿੱਚ ਉਹਨਾਂ ਦਾ ਮਨ ਭਿੱਜਦਾ ਸਾਾਕਤਾ ਵਿੱਚ ਉਹਨਾਂ ਦਾ ਮਨ ਭਿੱਜਦਾ ਦੁਰਜਨਾਂ ਦੀ ਸੰਗਤ ਵਿੱਚ ਉਹਨਾਂ ਦਾ ਮਨ ਭਿੱਜਦਾ ਈਰਖਾ ਵਿੱਚ ਦੁਸ਼ਵੈਸ਼ ਵਿੱਚ ਨਿੰਦਾ ਚ ਚੁਗਲੀ ਵਿੱਚ ਕਾਮ ਵਿੱਚ ਕ੍ਰੋਧ ਵਿੱਚ ਉਹਨਾਂ ਦਾ ਮਨ ਸੰਗਤ ਵਿੱਚ ਨਹੀਂ ਭਿੱਜਦਾ ਉਹਨਾਂ ਦਾ ਮਨ ਗੁਰਬਾਣੀ ਵਿੱਚ ਨਹੀਂ ਭਿੱਜਦਾ ਉਹਨਾਂ ਦਾ ਮਨ ਗੁਰਮਖਾ ਵਿੱਚ ਨਹੀਂ ਭਿੱਜਦਾ ਮਨ ਮੁਖ ਮਨ ਨਾ ਭਿੱਜਈ ਨਹੀਂ ਭਿੱਜਦਾ ਉਹਨਾਂ ਦਾ ਮਨ ਪਾਣੀ ਜਿੰਨਾ ਚਿਰ ਪੱਥਰ ਤੇ ਪੈਂਦਾ ਰਹੇ ਥੋੜਾ ਬਹੁਤਾ ਗਿੱਲਾ ਜਾ ਹੁੰਦਾ ਮੁੜ ਕੇ ਉਹ ਰਹਿੰਦਾ ਤਾਂ ਕਠੋਰ ਹੀ ਹੈ ਨਾ ਪੱਥਰ ਪਾਣੀ ਰੱਖੀ ਹੈ ਮਨ ਹੱਠ ਨਾ ਘਟੈ ਪੱਥਰ ਪਾਣੀ ਰੱਖੀਐ ਸੱਪਾ ਦੁੱਧ ਪਿਆਲੀਐ ਵਿਹੂ ਮੁਖੋਂ ਸੁਟੈ ਮਨ ਮੁਖ ਦਾ ਮਨ ਨਹੀਂ ਭਿੱਜਦਾ ਗੁਰ ਸ਼ਬਦ ਵਿੱਚ ਅਤ ਮੈਲੇ ਚਿੱਤ ਕਠੋਰ ਉਹਨਾਂ ਦੇ ਮੈਲੇ ਹਿਰਦੇ ਅਤ ਦੇ ਮੈਲੇ ਨੇ ਔਰ ਕਠੋਰ ਦੇ ਉਹਨਾਂ ਅੰਦਰ ਕੋਈ ਦਇਆ ਨਹੀਂ ਕੋਈ ਕਰੁਣਾ ਨਹੀਂ ਸੱਪ ਦੁੱਧ ਪੀ ਆਈ ਐ ਅੰਦਰ ਵਿਸ ਨਿਕੋਰ ਇਹ ਹਾਲਤ ਹੈ ਉਹਨਾਂ ਮਨਮੁਖਾਂ ਦੀ ਸੱਪ ਨੂੰ ਦੁੱਧ ਪਿਆਈਏ ਨਾ ਉਹ ਫਿਰ ਵੀ ਆਪਣੇ ਅੰਦਰ ਵਿਸ ਨਕੋਰ ਦਾ ਜ਼ਹਿਰ ਹੀ ਉਗਲਦਾ ਹੈ ਮਨਮੁਖ ਦਾ ਮਨ ਨਹੀਂ ਭਿੱਜਦਾ ਉਹਨੂੰ ਕੋਈ ਲੱਖ ਯਤਨ ਕਰੇ ਉਹਨੇ ਫਿਰ ਆਪਣੇ ਅੰਦਰ ਵੇਖੀ ਖੋਲਣਾ ਜ਼ਹਿਰੀ ਖੋਲਣਾ ਹਾਂਜੀ ਆਪ ਕਰੇ ਕਿਸ ਆਖੀਐ ਆਪੇ ਬਖ ਸੰਹਾਰ ਵਾਹਿਗੁਰੂ ਆਪ ਹੀ ਸਭ ਕੁਝ ਜਦੋਂ ਕਰਨ ਵਾਲਾ ਹੈ ਤੇ ਫਿਰ ਕਿਸ ਦੂਜੇ ਨੂੰ ਕੀ ਆਖੀਏ ਕਿਸੇ ਨੇ ਜੋ ਕੋਈ ਦੂਜਾ ਹੈ ਹੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿ ਜੇ ਕਰਨ ਵਾਲਾ ਹੀ ਉਹ ਹੈ ਹੁਣ ਕਰਨ ਵਾਲੇ ਨੂੰ ਜਾ ਕੇ ਆਖੀਏ ਮਹਾਰਾਜ ਜੀ ਇਹ ਇਦਾਂ ਨਹੀਂ ਕਰਨਾ ਇਦਾਂ ਕਰਨਾ ਤਾ ਉਹ ਆਖੇਗਾ ਨਾ ਵੀ ਤੈਨੂੰ ਵੀ ਮੈਂ ਕੀਤਾ ਹੋਇਆ ਵੇ ਵੀ ਜਦੋਂ ਮੈਂ ਇਹ ਸਭ ਕੁਝ ਕੀਤਾ ਸੀ ਤੂੰ ਕਿੱਥੇ ਸੀ ਉਦੋਂ ਤੂੰ ਤਾਂ ਹੈ ਹੀ ਨਹੀਂ ਸੀ ਇਸ ਕਰਕੇ ਜੇ ਕਰਨ ਵਾਲਾ ਇੱਕ ਪਰਮੇਸ਼ਰ ਹੀ ਹੈ ਫਿਰ ਦੂਜੇ ਨੂੰ ਕਿਸੇ ਨੂੰ ਕੀ ਆਖੀਏ ਵੀ ਦੂਜੇ ਨੂੰ ਵੀ ਹਾਂ ਵੀ ਤੂੰ ਕਰ ਆਪ ਕਰੇ ਕਿਸ ਆਖੀ ਐ ਤੇਰ ਕਿਸੇ ਦੂਜੇ ਨੂੰ ਕੀ ਆਖੀ ਐ ਆਪੇ ਬਖਸ਼ਣਹਾਰ ਉਹ ਆਪ ਹੀ ਬਖਸ਼ਣਹਾਰ ਹੈ ਉਹ ਆਪ ਹੀ ਬਖਸ਼ੰਦ ਹੈ ਉਸ ਵਾਹਿਗੁਰੂ ਪਾਰਬ੍ਰਮ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਬਖਸ਼ਣਹਾਰ ਨਹੀਂ ਗੁਰ ਸਬਦ ਦੀ ਮੈਲ ਉਤਰੈ ਤਾ ਸੱਚ ਬਣਿਆ ਸ਼ਿੰਗਾਰ ਗੁਰੂ ਦੇ ਸ਼ਬਦ ਨਾਲ ਹਿਰਦੇ ਚੋਂ ਮੈਲ ਉਤਰਦੀ ਹੈ ਤਾ ਫਿਰ ਇਹ ਸੱਚਾ ਸ਼ਿੰਗਾਰ ਬਣਦਾ ਜਦੋਂ ਹਿਰਦੇ ਦੀ ਮੈਲ ਧੋਤੀ ਜਾਏ ਗੁਰ ਸ਼ਬਦ ਦੀ ਕਮਾਈ ਕਰਕੇ ਫਿਰ ਇਹ ਕੀਤੇ ਹੋਏ ਕਰਮਾਂ ਦਾ ਸ਼ਿੰਗਾਰ ਇਹ ਸੱਚਾ ਬਣ ਕੇ ਸੋਭਦਾ ਹੈ ਸੱਚਾ ਸਾਹ ਸੱਚ ਵਣਜਾਰੇ ਉਥੇ ਕੂੜੇ ਨਾ ਟਿਕਨ ਸਹਬ ਸੱਚਾ ਉਹਦੇ ਜਿਹੜੇ ਬਣਜਾਰੇ ਨੇ ਸ਼ਾਹਕਾਰ ਸੱਚਾ ਤੇ ਉਹਦੇ ਨਾਲ ਵਪਾਰ ਕਰਨ ਵਾਲੇ ਉਹਦੇ ਬਣਜਾਰੇ ਵੀ ਸੱਚੇ ਉਥੇ ਝੂਠੇ ਨਹੀਂ ਟਿਕਦੇ ਝੂਠੇ ਤਾਂ ਮਿੰਟਾਂ ਵਿੱਚ ਹੀ ਆਸੇ-ਪਾਸੇ ਕਰ ਦਿੱਤੇ ਜਾਂਦੇ ਜਦੋਂ ਸਿੱਕਿਆਂ ਦੀ ਪਰਖ ਹੁੰਦੀ ਆ ਨਾ ਤੇ ਖੋਟਿਆਂ ਨੂੰ ਚੁੱਕ-ਚੁੱਕ ਵਗਾ-ਵਗਾ ਮਾਰੀ ਜਾਂਦੇ। ਖਰਿਆਂ ਨੂੰ ਖਜ਼ਾਨੇ ਪਾਈ ਜਾਂਦੇ। ਉਹਦੀ ਨਗਾਦੇ ਵਿੱਚ ਤਾਂ ਭਾਈ ਸੱਚ ਤੇ ਝੂਠ ਇੱਕ ਅੱਖ ਦੇ ਫੋਰ ਦੇ ਵਿੱਚ ਹੀ ਨਿੱਤਰ ਜਾਂਦਾ। ਉੱਥੇ ਝੂਠੇ ਨਹੀਂ ਟਿਕਦੇ। ਉੱਥੇ ਕੂੜੇ ਨਹੀਂ ਟਿਕਦੇ। ਉੱਥੇ ਤਾਂ ਸੱਚੇ ਹੀ ਸੱਚ ਹੈ। ਸੱਚੋ ਹੀ ਸੱਚ ਹੈ। ਹਾਂਜੀ। ਉਨਾ ਸਚਨਾ ਭਾਵਈ ਦੁੱਖ ਹੀ ਮਾਹੇ ਪਚਾਨਾ ਜਿਹੜੇ ਮਨਮੁਖ ਨੇ ਨਾ ਉਹਨਾਂ ਨੂੰ ਸੱਚਾ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਸੱਚ ਨਹੀਂ ਪਉਂਦਾ ਕੋਰੋ ਦੁੱਖ ਦੇ ਵਿੱਚ ਹੀ ਪਏ ਪਚਦੇ ਨੇ ਦੁੱਖ ਦੇ ਵਿੱਚ ਹੀ ਪਏ ਖੁਆਰ ਹੁੰਦੇ ਨੇ ਮਨਮੁਖਾਂ ਨੂੰ ਸੱਚ ਨਹੀਂ ਪਉਂਦਾ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਹਮ ਮੈੜਾ ਜੱਗ ਫਿਰੈ ਮਰ ਜੰਮ ਵਾਰੋ ਵਾਰ ਇਹ ਹਉ ਮੈ ਮੈਲੀ ਹੈ ਮੈਲੀ ਹਉ ਮੈਂ ਕਰਕੇ ਸੰਸਾਰ ਵਿੱਚ ਜੀਵ ਟੁਰਿਆ ਫਿਰਦਾ ਜੱਗ ਫਿਰੈ ਇਹ ਹਉ ਮੈਂ ਜਾਂ ਜਿਸ ਕਰਕੇ ਬਾਰ ਬਾਰ ਮਰਦਾ ਤੇ ਬਾਰ ਬਾਰ ਜੰਮਦਾ ਹੈ ਪਾਇ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਜਿਹੜੇ ਮੱਥੇ ਤੇ ਕੀਤੇ ਹੋਏ ਕਰਮਾ ਮੁਤਾਬਕ ਪਰਮੇਸ਼ਰ ਨੇ ਲੇਖ ਪਾਏ ਨੇ ਨਾ ਉਹੀ ਕਮਾਏ ਜਾਂਦੇ ਨੇ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ ਮੱਥੇ ਤੇ ਵਿਧਾਤੇ ਨੇ ਜਿਹੜੇ ਲੇਖ ਪਾ ਦਿੱਤੇ ਨੇ ਉਹ ਮਿਟਦੇ ਨਹੀਂ ਹਨ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਪੁੱਛਿਆ ਜੇ ਕੋਈ ਲੇਖ ਮਿਟਾਈ ਨਹੀਂ ਸਕਦਾ ਤਾਂ ਫਿਰ ਕੀ ਲੋੜ ਹੈ ਗੁਰੂ ਸ਼ਰਨ ਚਾਉਣ ਦੀ ਕੀ ਲੋੜ ਹੈ ਗੁਰੂ ਅੱਗੇ ਅਰਦਾਸਾਂ ਕਰਨ ਦੀ ਜੇ ਕੋਈ ਨਹੀਂ ਮਿਟ ਸਕਦਾ ਤਾਂ ਫਿਰ ਕਿਉਂ ਅਰਦਾਸ ਕੀਤੀ ਜਾਂਦੀ ਇੱਥੇ ਪਰਮੇਸ਼ਰ ਬਿਨਾ ਨਹੀਂ ਨਾ ਕੋਈ ਮਿਟ ਸਕਦਾ ਤੇ ਗੁਰੂ ਕੌਣ ਹੈ ਗੁਰੂ ਪਰਮੇਸ਼ਰ ਹੈ ਜੋ ਲਿਖ ਦਿੱਤਾ ਉਹ ਮਿਟਿਆ ਤਾਂ ਨਹੀਂ ਜਾ ਸਕਦਾ ਪਰ ਉਹਦੇ ਨਾਲ ਕੁਝ ਹੋਰ ਲਿਖਿਆ ਜ਼ਰੂਰ ਜਾ ਸਕਦਾ ਦੇਸਾ ਤੇਰਾ ਲੇਖਾ ਜੇ ਨਹੀਂ ਲਿਖਿਆ ਤੈਨੂੰ ਕਿਵੇਂ ਦੇ ਦੀਏ ਪੁੱਤਰ ਰੋਂਦੀ ਘੁਰ ਲਾਉਣ ਦੀ ਵਾਪਸ ਚੱਲੀ ਭਾਈ ਗੁਰਦਾਸ ਜੀ ਅੱਗੋਂ ਮਿਲੇ ਆਖਿਆ ਮਾਈ ਦੇਸਾਂ ਕਿਉਂ ਰੋਂਦੀ ਜਾਨੀ ਤੂੰ ਮੰਗ ਲੈ ਜਾ ਕੇ ਦੁਬਾਰਾ ਉਹ ਕਹਿੰਦੇ ਮੰਗਿਆ ਉਹ ਕਹਿੰਦੇ ਤੇਰੇ ਲੇਖਾ 'ਚ ਨਹੀਂ ਲਿਖਿਆ ਕਿਵੇਂ ਦਈਏ ਤੇ ਕਹਿੰਦੇ ਮਾਈ ਆ ਕਾਗਜ ਕਲਮ ਲੈ ਜਾ ਤੇ ਜਾ ਕੇ ਕਹਿ ਦੇ ਮਹਾਰਾਜ ਹੁਣ ਲਿਖ ਦਿਓ ਜੇ ਉਦੋਂ ਨਹੀਂ ਲਿਖਿਆ ਚਟ ਖੁਸ਼ੀ ਦੀ ਲਹਿਰ ਦੌੜ ਪਈ ਚਿਹਰਾ ਖਿੜ ਗਿਆ ਜਾ ਪਹੁੰਚੇ ਗੁਰੂ ਦਰਬਾਰ ਘੋੜੇ ਤੇ ਚੜਿਆਂ ਨੂੰ ਜਾ ਕੇ ਕਹਿੰਦੀ ਐ ਸਹਬ ਨਹੀਂ ਲਿਖਿਆ ਪਹਿਲਾਂ ਤਾਂ ਹੁਣ ਲਿਖ ਦਿਓ ਆ ਲੋ ਲਿਖਿਆ ਹੋਇਆ ਮਿਟਿਆ ਨਹੀਂ ਜਾ ਸਕਦਾ ਪਰ ਲਿਖੇ ਹੋਏ ਨਾਲ ਕੁਝ ਹੋਰ ਤਾਂ ਲਿਖਿਆ ਜਾ ਸਕਦਾ ਹੈ ਨਾ ਮਲੂਕ ਦਾਸ ਸਾਹਿਬ ਨੌਵੇਂ ਪਾਤਸ਼ਾਹ ਨੂੰ ਮਿਲਿਆ ਤੇ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਮੈਂ ਲੋਕਾ ਪਾਪੀ ਪੇਟ ਕਾ ਮੈਂ ਤਾਂ ਪੇਟ ਦਾ ਪਾਪੀ ਹਾਂ ਮਹਾਰਾਜ ਜਿਹੜੀ ਭਗਤੀ ਸੀ ਇਹ ਲਿਖੀ ਕਿਸੇ ਹੋਰ ਦੇ ਭਾਗਾ ਵਿੱਚ ਸੀ ਤੁਸੀਂ ਕਿਰਪਾ ਕਰਕੇ ਮੇਰੇਆਂ ਭਾਗਾ ਵਿੱਚ ਲਿਖ ਦਿੱਤੀ ਮਹਾਰਾਜ ਜੀ ਕਹਿੰਦੇ ਨਹੀਂ ਮਲੂਕਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਮਲੂਕ ਦਾਸ ਜੀ ਕਿਸੇ ਦੇ ਹੋਰ ਭਾਗਾ ਵਿੱਚ ਨਹੀਂ ਸੀ ਲਿਖੀ ਤੁਹਾਡੇ ਭਾਗਾ ਵਿੱਚ ਲਿਖੀ ਤੁਹਾਨੂੰ ਦਿੱਤੀ ਹੈ ਇੱਥੇ ਦਇਆ ਨਿਧ ਸਵਾਮੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਕੀਤੇ ਹੋਏ ਕਰਮਾ ਮੁਤਾਬਕ ਲੇਖ ਪਏ ਨੇ ਨਾ ਉਹ ਕਮਾਏ ਹੋਏ ਮਿਟੇ ਨਹੀਂ ਜਾਂਦੇ ਹਾਂਜੀ ਸੰਤਾ ਸੰਗਤ ਮਿਲ ਰਹਾ ਤਾਂ ਸੱਚ ਲੱਗੈ ਪਿਆਰ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਰਹੀਏ ਤਾਂ ਉਸ ਸੱਚੇ ਨਾਲ ਪਿਆਰ ਲੱਗਦਾ ਇਹ ਸੰਗਤ ਦਾ ਫਲ ਦੱਸ ਦੇ ਵੇਖੋ ਕਿੰਨਾ ਪਿਆਰਾ ਫਲ ਦੱਸਿਆ ਕਿ ਜਦੋਂ ਸਤ ਸੰਗਤ ਨਾਲ ਮਿਲ ਕੇ ਰਹੀਏ ਤੇ ਸੱਚੇ ਨਾਲ ਪਿਆਰ ਪੈ ਜਾਂਦਾ ਹੈ ਸੱਚੇ ਨਾਲ ਸੱਚਾ ਕੀ ਹੈ ਸੱਚ ਪਰਮੇਸ਼ਰ ਦਾ ਨਾਮ ਹੈ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਕਾਰ ਸੇਵਾ ਸੰਪਰਦਾ ਗੁਰੂ ਘਰਾਂ ਦੀ ਸੇਵਾ ਕਰਾਉਣ ਵਾਲੇ ਗੁਰਮੁਖ ਗੁਰੂ ਘਰ ਦੀਆਂ ਇਮਾਰਤਾਂ ਬਣਾਉਣ ਵਾਲੇ ਗੁਰਮੁਖ ਉਹ ਕਹਿੰਦੇ ਸਾਨੂੰ ਹੋਰ ਨਹੀਂ ਆਉਂਦਾ ਕੁਝ ਸਾਨੂੰ ਤਾਂ ਇਹ ਹੀ ਆਉਂਦਾ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਡੇਢ ਦੋ ਘੰਟੇ ਢਾਈ ਘੰਟੇ ਫਿਰ ਸ਼ਾਮ ਨੂੰ ਬੜੇ ਪਿਆਰ ਨਾਲ ਜਪਦੇ ਤੇ ਜਿਨ੍ਹਾਂ ਨੂੰ ਇਹ ਆਉਂਦਾ ਉਹਨਾਂ ਨੂੰ ਸਭ ਕੁਝ ਹੀ ਆਉਂਦਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਉਹ ਥੋੜੀ ਜਿਹੀ ਲੰਮੀ ਏਕ ਲਾ ਕੇ ਬੜੇ ਪਿਆਰ ਨਾਲ ਜਪਦੇ ਆ ਨਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸੰਤਾ ਸੰਗਤ ਮਿਲ ਰਹਾ ਤਾਂ ਸੱਚ ਲੱਗੈ ਪਿਆਰ ਸਤ ਸੰਗਤ ਦਾ ਇਹ ਵੱਡੀ ਬਰਕਤ ਹੈ ਕਿ ਜਿਹੜੇ ਸਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਰਹਿੰਦੇ ਆ ਉਹਨਾਂ ਦਾ ਸੱਚੇ ਨਾਲ ਪਿਆਰ ਪੈ ਜਾਂਦਾ ਸੱਚ ਪਰਮੇਸ਼ਰ ਦਾ ਨਾਮ ਹੈ ਇਸ ਸੱਚ ਨਾਲ ਤਿਨਾਂ ਦਾ ਪਿਆਰ ਪੈ ਜਾਂਦਾ ਹੈ ਸੱਚ ਸਲਾਹੀ ਸੱਚ ਮਨ ਦਰ ਸੱਚੈ ਸਚਿਆਰ ਉਹ ਸੱਚਾ ਉਹਨਾਂ ਦੇ ਮਨ ਵਿੱਚ ਹੈ ਸੱਚ ਨੂੰ ਸਲੋਂਦੇ ਹੈ ਔਰ ਉਹ ਸੱਚੇ ਦੇ ਦਰ ਤੇ ਸਚਿਆਰ ਹੋ ਕੇ ਖਰੇ ਹੋ ਕੇ ਉਹਦੇ ਦਰ ਤੇ ਪ੍ਰਵਾਣ ਹੋ ਜਾਂਦੇ ਹੈ ਸੱਚ ਨੂੰ ਸਲੋਂਦੇ ਸੱਚ ਨੂੰ ਮਨ ਚ ਬਸਾਉਂਦੇ ਨੇ ਗੁਰਮੁਖ ਇੱਥੇ ਗੁਰਮਖਾਂ ਦੀ ਬਾਤ ਹੋ ਰਹੀ ਹੈ ਜਿੰਨੇ ਗੁਰਮਖ ਨੇ ਭਾਈ ਉਹ ਸੱਚ ਨੂੰ ਸਲਾਉਂਦੇ ਐ ਸੱਚ ਨੂੰ ਹੀ ਮਨ ਚ ਵਸਾਉਂਦੇ ਐ ਔਰ ਸੱਚੇ ਦੇ ਦਰ ਤੇ ਸਚਿਆਰ ਹੋ ਕੇ ਪ੍ਰਵਾਣ ਹੋ ਜਾਂਦੇ ਹਨ ਗੁਰ ਪੂਰੇ ਪੂਰੀ ਮਤ ਹੈ ਐਨਿਸ ਨਾਮ ਧਿਆਏ ਪੂਰੇ ਗੁਰੂ ਦੀ ਮਤ ਵੀ ਪੂਰੀ ਐ ਜਿਹੜੇ ਇਸ ਪੂਰੀ ਮਤ ਨੂੰ ਲੈ ਲੈਂਦੇ ਆ ਉਹ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ ਰਾਤ ਦਿਨ ਅਠੇ ਪੈਰ ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਮਤ ਆ ਜਾਏ ਆ ਜਾਏ ਮਤ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਮਤ ਆ ਜਾਂਦੀ ਹੈ ਉਹ ਰਾਤ ਦਿਨ ਅਠੇ ਪੈਰ ਨਾਮ ਨੂੰ ਧਿਆਉਂਦੇ ਹਨ ਹਮੇ ਮੇਰਾ ਵੱਡ ਰੋਗ ਹੈ ਵਿਚੋਠਾਕ ਰਹਾਏ ਕਹਿੰਦੇ ਆ ਜਿਹੜੀ ਹਉਮੈ ਤੇ ਮੈਂ ਮੇਰੀ ਦੀ ਬਿਰਤੀ ਹੈ ਨਾ ਇਹ ਬੜਾ ਵੱਡਾ ਰੋਗ ਹੈ ਇਹ ਮਨ ਨੂੰ ਵਿਚਲਿਤ ਕਰ ਦਿੰਦੀ ਹੈ ਇਹ ਹਉਮੈ ਇਤਨਾ ਭਿਆਨਕ ਰੋਗ ਹੈ ਬਚੇ ਨਹੀਂ ਹੋਏ ਅੱਛਾ ਮੇਰੇ ਵਰਗੇ ਕਥਾਕਾਰ ਨੇ ਨਾ ਬਚੇ ਨਹੀਂ ਹਾਂਸੀਏ ਦੇ ਤੂੰ ਗੱਲਾਂ ਕਰਨੀਆਂ ਸੌਖੀਆਂ ਹਨ ਇਹ ਹੋ ਮੈਂ ਦਾ ਰੋਗ ਬੜਾ ਵੱਡਾ ਹੈ ਮੈਂ ਹਾਂ ਮੈਂ ਮੇਰੀ ਦੀ ਬਿਰਤੀ ਜਿਹੜੇ ਗੁਰਮੁਖ ਨੇ ਨਾ ਇਹਨੂੰ ਆਪਣੇ ਚ ਰੋਕ ਕੇ ਰੱਖਦੇ ਆ ਮਜਾਲ ਹੈ ਕਿਤੇ ਉਹ ਦਰਵਾਜ਼ਾ ਬੰਦ ਆ ਇਹਦੇ ਲਈ ਖਬਰਦਾਰ ਤੇਰੀ ਐਂਟਰੀ ਬੰਦ ਆ ਅੰਦਰ ਉਠਾਕ ਰਹਾਏ ਨੂੰ ਠਾਕ ਦਾ ਮਤਲਬ ਹੁੰਦਾ ਦਰਵਾਜ਼ੇ ਤੇ ਖੜਾ ਕਰ ਛੱਡਦੇ ਆ ਖਲੋਤੀ ਰਹਿ ਬਾਰ ਐ ਹੋ ਮੈਂ ਤੇਰਾ ਕੋਈ ਥਾਂ ਨਹੀਂ ਮੇਰੇ ਹਿਰਦੇ ਵਿੱਚ ਪੁੱਛਿਆ ਕਾਹਦੇ ਨਾਲ ਰੋਕ ਕੇ ਰੱਖਦੇ ਐ ਇਸ ਹਉਮੈ ਨੂੰ ਕਿਹੜਾ ਦਰਵਾਜ਼ਾ ਜਿਹੜਾ ਇਹਦੇ ਅੱਗੇ ਲਾ ਦੀਏ ਤੇ ਅੰਦਰ ਨਹੀਂ ਆਉਂਦੀ ਇਹਦੇ ਲਈ ਇੱਕੋ ਦਰਵਾਜ਼ਾ ਹੈ ਗੁਰੂ ਦਾ ਸ਼ਬਦ ਇਹੋ ਜਾਂ ਸ਼ਬਦ ਹੈ ਗੁਰੂ ਦਾ ਜਿੱਥੇ ਇਹ ਆ ਦਰਵਾਜ਼ਾ ਭੇੜ ਜਾਏ ਨਾ ਕੀ ਮਜਾਲ ਹਉਮੈ ਦੇ ਅੰਦਰ ਆ ਜਾਏ ਜੇ ਗੁਰ ਸ਼ਬਦ ਦਾ ਦਰਵਾਜਾ ਨਹੀਂ ਲੱਗਾ ਤੇ ਫਿਰ ਤਾਂ ਇਹ ਆਪ ਵੀ ਆਉਂਦੀ ਆਪਣੇ ਨਾਲ ਬਾਕੀ ਸਾਰੇ ਭੈਣ ਭਰਾ ਵੀ ਸੱਦ ਲਿਆਉਂਦੀ ਹੈ। ਉਹਨਾਂ ਨੂੰ ਵੀ ਪਿੱਛੇ ਪਿੱਛੇ ਆਜੋ ਬਈ। ਆ ਜਾ ਕਾਮ ਭਰਾ ਤੂੰ ਕਿਉਂ ਪਿੱਛੇ ਰਹਿਣਾ? ਆ ਵੀਰ ਕ੍ਰੋਧ ਆ ਕਿੱਡਾ ਸੋਹਣਾ ਘਰ ਹੈ ਅੰਦਰ ਚੱਲ ਓ ਜੜ ਗਏ ਚੱਲ ਕੇ। ਆ ਵੀਰ ਲੋਭ ਤੂੰ ਕਿੱਥੇ ਟੁਰਿਆ ਫਿਰਦਾ ਹੈ ਆ ਤੈਨੂੰ ਲੈ ਚੱਲਾਂ। ਆ ਭੈਣ ਈਰਖਾ ਆ ਦੁਵੇਸ਼ ਭੈਣੇ ਤੂੰ ਕਿੱਥੇ ਆ ਮੈਂ ਚੱਲੀ ਆ ਆ ਜਾ ਮੇਰੇ ਨਾਲ ਸਾਰਿਆਂ ਨੂੰ ਸਦ ਲਿਆਉਂਦੀ ਐ ਇਹ ਇਕੱਲੀ ਨਹੀਂ ਨਾ ਆਉਂਦੀ ਇਹਦੇ ਨਾਲ ਇਹਦੇ ਸਾਰੇ ਭੈਣ ਭਰਾ ਬੰਦੂ ਸਾਰੇ ਆ ਪਹੁੰਚਦੇ ਐ ਤੇ ਜਿਨ੍ਹਾਂ ਦੇ ਅੰਦਰ ਗੁਰੂ ਕੇ ਸ਼ਬਦ ਦਾ ਤਖਤਾ ਲੱਗਾ ਹੈ ਕੀ ਮਜਾਲ ਇਹ ਖੜੀ ਹੁੰਦੀ ਦਰਵਾਜੇ ਤੇ ਦੂਰੋਂ ਹੀ ਕਹੀ ਜਾਂਦੀ ਐ ਇੱਥੇ ਨਹੀਂ ਕੋਈ ਪੇਸ਼ ਚੱਲਦੀ ਚਲੋ ਇੱਥੋਂ ਚੱਲੀਏ ਇੱਥੇ ਤਾਂ ਮੇਰੀ ਐਂਟਰੀ ਨਹੀਂ ਤੁਹਾਨੂੰ ਕਿੱਥੇ ਲਿਆਵਾਂ ਗੁਰੂ ਕੇ ਪਿਆਰੇ ਗੁਰਮੁਖੇ ਨੂੰ ਆਪਣੇ ਵਿੱਚੋਂ ਠਾਕ ਰੋਖ ਕੇ ਰੱਖਦੇ ਐ ਹੈ ਇਹ ਬੜਾ ਵੱਡਾ ਰੋਗ ਹਉ ਮੈਂ ਮੇਰਾ ਵੱਡ ਰੋਗ ਹੈ ਬੜਾ ਵੱਡਾ ਰੋਗ ਹੈ ਹਉ ਮੈਂ ਮੇਰਾ ਆ ਮੇਰਾ ਆ ਮੈਂ ਮੇਰਾ ਰੁਤਬਾ ਮੇਰੀ ਪਦਵੀ ਮੇਰਾ ਸਟੇਟਸ ਮੇਰਾ ਗੁਣ ਮੇਰਾ ਹੁਨਰ ਮੇਰਾ ਗਿਆਨ ਮੈਂ ਹਾਂ ਮੈਂ ਵੱਡਾ ਮੇਰੀ ਪਦਵੀ ਇਹ ਵੱਡਾ ਰੋਗ ਹੈ ਗੁਰਮੁਖਾਂ ਨੇ ਇਹਨੂੰ ਆਪਣੇ ਹਿਰਦੇ ਚ ਰੋਕ ਦਿੱਤਾ ਹੈ ਸ਼ਬਦ ਦੇ ਕੁਝ ਪਦੇ ਹੋਰ ਨੇ 34 ਪਦੇ ਨੇ ਕੁੱਲ ਸ਼ਬਦ ਦੇ ਤੋਂ ਵਿਸਥਾਰ ਹੋਣ ਕਰਕੇ ਸ਼ਬਦ ਦੀ ਸਮਾਪਤੀ ਨਹੀਂ ਹੋਈ ਰਹਿੰਦੇ ਸ਼ਬਦ ਨੂੰ ਅਗਲਿਆਂ ਪ੍ਰਕਰਨਾ ਚ ਵਿਚਾਰਾਂਗੇ ਗੁਰੂ ਪਾਤਸ਼ਾਹ ਕਿਰਪਾ ਕਰਨੇ ਹौं ਮੈਂ ਇਸ ਵੱਡੇ ਰੋਗ ਨੂੰ ਰੋਕਣ ਦੀ ਸਮਰੱਥਾ ਸਾਨੂੰ ਮਿਲ ਜਾਏ। ਇਹਦੇ ਲਈ ਅਸੀਂ ਵੀ ਤਖਤਾ ਲਾ ਲਈਏ ਗੁਰੂ ਕੇ ਸ਼ਬਦ ਦਾ। ਇਹ ਦਰਵਾਜ਼ਾ ਭੇੜ ਦੇਈਏ, ਰੋਕ ਲਾ ਦਈਏ। ਠਾਕ ਦਾ ਮਤਲਬ ਹੁੰਦਾ ਇਹੋ ਜੀ ਰੋਕ। ਕੀ ਮਜਾਲ ਵੀ ਆ ਵੀ ਜਾਏ ਅੰਦਰ। ਉਹ ਗੁਰੂ ਕੇ ਸ਼ਬਦ ਦਾ ਚਿੰਤਨ ਸਾਡੀ ਸੁਰਤ ਵਿੱਚ ਚੱਲ ਪਵੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਕੀ ਬਾਣੀ ਆਗਾਦ ਬੋਧ ਹੈ ਵਿਚਾਰਾਂ ਕਰਦੇ ਆ ਇੱਕ ਨਹੀਂ ਅਨੇਕਾਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ ਆਪ ਸਮੂਹ ਸੰਗਤ ਗੁਰੂ ਰੂਪ ਹੋ ਬਖਸ਼ ਲੈਣਾ ਅਰਦਾਸ ਕਰਨੀ ਸਤਗੁਰੂ ਜੀ ਅੱਗੇ ਵਾਸਤੇ ਸਤਬੁੱਧੀ ਸਮਤ ਪ੍ਰਦਾਨ ਕਰਨ ਸਾਡਾ ਗਾਵਿਆ ਸੁਣਿਆ ਸਤਗੁਰੂ ਜੀ ਥਾਏ ਪਾ ਲੈਣ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਕਰ ਦੇਣ ਇਨੀਆਂ ਬੇਨਤੀਆਂ ਪਰਵਾਨ ਕਰਨੀਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ